ਗੱਲਾਂ ਹੋਈਆਂ ਨੇ ਮੇਰੇ ਵੀਰੋ। ਇਸ ਨੇ ਲੰਘਿਆ ਨਹੀਂ ਆ, ਖਿਡਾਰੀ ਕਬੱਡੀ ਪਾ ਰਿਹਾ ਅੱਜ ਚੱਕ ਰਾਮ ਸਿੰਘ ਵਾਲੇ ਪਿੰਡ ਦੇ ਵਿੱਚ। ਆਹ ਵੇਖੋ ਫੜ ਲਿਆ ਗੁੱਟ ਬਗਾਨੇ ਪੁੱਤ ਨੇ, ਇੱਥੇ ਪਤਾ ਲੱਗਦਾ ਮਿਹਨਤ ਲਾਈ ਦਾ। ਜੇ ਮੁੰਡੇ ਦਾ ਗੁੱਟ ਫੜਿਆ ਵਧੀਆ ਲੱਗਦਾ, ਮਾਰੋ ਤਾੜੀ, ਦੇਖੋ ਸਵਾਦ ਵਾਲਾ ਜਿਹਾ। ਇਹ ਮੁੰਡਾ ਵੀ ਪੁੱਛਿਆ ਕੀਪੇ ਭੋਦੜ ਵਾਲੇ ਦੇ ਪਿੰਡ ਦਾ ਮੁੰਡਾ ਮਨਦੀਪ ਸਿੰਘ ਹੈ, ਤਾਂ ਇਹ ਭਾਵੇਂ ਗੁੱਟ ਦਾ ਪੀਰ ਹੈ। ਇਹ ਮੁੰਡੇ ਨੇ ਵੀ ਸਿੰਘ ਜੀ ਕੋਲੋਂਗੇ ਇਹ ਟੀਮਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਰਹਿਣਾ ਆਪਣੇ ਆਪਣੇ ਮੈਚ ਵਾਲੀ ਜਿਹੜੀਆਂ ਟੀਮਾਂ ਦੇ ਨਾਂ ਅਸੀਂ ਬੋਲ ਰਹੇ ਹਾਂ। ਆਵਾਜ਼ ਨੂੰ ਸੁਣਦੇ ਸਰ ਕਬੱਡੀ ਦੇ ਵਿੱਚ ਥੋੜਾ ਥੋੜੀ ਪਾਊਗਾ ਉਹ, ਇਹੀ ਕੁਛ ਚੱਲਦਾ ਹੈ। ਗੁੱਸਾ ਨਾ ਕਰਿਆ ਕਰੋ, ਜੇ ਜੀ ਤੇਰੇ ਮਾਰੀ ਉਹ ਤੋਂ ਬਾਅਦ ਤੂੰ ਮਾਰ ਲਈ, ਪਰ ਲੜਿਆ ਨਾ ਕਰੋ। ਇਹ ਜੱਗੇ ਦੀ ਭਾਈ ਕਬੱਡੀ ਲੈ ਵੀ ਪਿਕਰਾ ਪੇਖ ਨਜ਼ਾਰਾ, ਅਗਰ ਰਾਸ ਤੁਹਰੀ ਕਾਕਾ ਸੰਗਤੀ ਵਾਲ ਤੇ ਸੇਵਕ ਖਣੇ ਬਾਦ ਸਾਰੇ ਭਰਾ ਪੁੱਜੇ ਹੋਏ ਨੇ ਸੁਰਿੰਦਰ ਸਿੰਧੂ ਵੀਰ ਹੋਰਾਂ ਦੇ। ਮਨਦੀਪ ਸਹਿਯੋਗ ਕੁੱਤੀ ਆਉਂਦੀ ਧਰਤੀ ਦਾ ਮਨਦੀਪ ਜੱਗੇ ਦੀ ਰੇਡ ਤੇ ਚੱਕੇ ਜਾਮ। ਹੈਲੋ, ਜਿਹੜੀ ਟੀਮ ਜਿੱਤੂਗੀ ਰਾਜ ਦਾ ਮੈਚ ਹੋਵੇਗਾ, ਡੱਗੂਰ ਮਾਣੀ ਦੀ ਧਰਤੀ ਦਾ ਸੰਦੀਪ ਹੈ। ਇੱਕ ਪਾਸੇ ਕੁੱਤੀਵਾਲ ਪਿੰਡ ਹੈ, ਆ ਮੁੰਡੇ ਨੇ ਗੁੱਟ ਫੜਿਆ ਕਿ ਬਾਹ ਟੁੱਟ ਕੇ ਖੜ ਲਈ ਦੇ। ਚੇਤੇ ਤੌਰ ਤੇ ਪੁੱਜਿਆ ਜਗਸੀਰ ਸਿੰਘ ਜੀ, ਸਾਡੀ ਜ਼ਿੰਦਗੀ ਦੇ ਬੜੇ ਸਤਿਕਾਰ ਯੋਗ ਹੈ, ਔਰ ਸਰਦਾਰ ਜਗਦੇਵ ਸਿੰਘ ਜੀ ਸਾਡੇ ਅੰਕਲ ਜੀ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਸਾਹਿਬ ਪਿੰਡ ਦੀ ਟੀਮ ਖੇਡਦੀ ਆ, ਦੇ ਦੋ 100 ਰੁਪਇਆ ਹਲਵਾਈ ਹੋਣੀਆਂ ਆਪਣੇ ਪਿੰਡ ਵਾਲੇ ਖੇਡੀ ਜਾਂਦੇ ਆ ਇੱਧਰ। 1,000 ਰੁਪਇਆ ਜਸਪਾਲ ਸਿੰਘ ਜੀ ਜੱਸਾ ਸਰਪੰਚ ਲਹਿਰੇ ਮੁਹੱਬਤ ਦੀ ਟੀਮ ਦੇ ਲਈ ਪੁੱਜਦਾ ਕਰਦੇ ਆ। ਲਓ ਅਦਰ ਗੁੱਟ ਫੜਿਆ ਹੋਇਆ, ਭੋਦੜ ਵਾਲਾ ਕੀਪਾ ਵੀ ਕਹਿੰਦੇ ਗੁੱਟ ਦਾ ਫੜਾਕ ਹੈ। ਆ ਮੁੰਡਾ ਮਨਦੀਪ ਸਿੰਘ ਹੈ ਜਿਹੜਾ, ਉਹ ਗੁੱਟ ਨੂੰ ਫੜ ਕੇ ਜੱਫਾ ਲਾ ਰਿਹਾ। ਇੱਕ ਪਾਸੇ ਹਲਵਾਈ ਤੇ ਤਾੜੀਆਂ ਤਾੜੀਆਂ ਬਣਦੀਆਂ ਮੁੰਡੇ ਲਈ।